ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਕੈਨੇਡੀਅਨ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਵੈਲਰ ਦੇ ਵੱਲੋਂ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਨੂੰ ਲੈ ਕੇ ਕੁਝ ਚੇਂਜਸ ਕੀਤੀਆਂ ਗਈਆਂ ਨੇ। ਕੀ ਉਹ ਚੇਂਜਸ ਨੇ, ਆਓ ਇਸ ਵੀਡੀਓ ਦੇ ਰਾਹੀਂ ਆਪਾਂ ਜਾਣਦੇ ਹਾਂ। ਸਭ ਤੋਂ ਵੱਡਾ ਚੇਂਜ ਇਹਦੇ ਵਿੱਚ ਕੀਤਾ ਗਿਆ ਹੈ ਕਿ ਹੁਣ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲੈਣ ਦੇ ਲਈ ਤੁਹਾਨੂੰ ਇੱਕ ਲੈਂਗੁਏਜ ਰਿਕੁਆਇਰਮੈਂਟ ਰਹੇਗੀ। ਉਹ ਲੈਂਗੁਏਜ ਰਿਕੁਆਇਰਮੈਂਟ ਹੈ, ਜੇ ਤੁਸੀਂ ਕਾਲਜ ਤੋਂ ਗ੍ਰੈਜੂਏਟ ਹੋ ਰਹੇ ਹੋ ਤੁਹਾਨੂੰ CLB 5 ਚਾਹੀਦਾ, ਵਿਚ ਇਜ਼ ਇਕੁਅਲੈਂਟ ਟੂ 4 ਤੋਂ 4.5 ਹੈ। ਐਂਡ ਜੇ ਤੁਸੀਂ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋ ਰਹੇ ਹੋ ਤਾਂ ਤੁਹਾਨੂੰ CLB 7 ਚਾਹੀਦਾ, ਵਿਚ ਇਜ਼ ਇਕੁਅਲੈਂਟ ਟੂ 6 ਤੋਂ 6.5। ਸੋ ਜੇ ਆਪਾਂ ਸਟੂਡੈਂਟ ਵੀਜ਼ਾ ਹਾਸਲ ਕਰਦੇ ਹਾਂ ਉਹਦੀ ਰਿਕੁਆਇਰਮੈਂਟ ਹੈ 6 ਬੈਂਡ ਓਵਰਆਲ। ਸੋ ਜੇ ਤੁਸੀਂ ਇੰਡੀਆ ਦੇ ਵਿੱਚ ਹੀ 6 ਬੈਂਡ ਲੈ ਕੇ ਜਾ ਰਹੇ ਹੋ ਤਾਂ ਤੁਹਾਨੂੰ CLB 5 ਜਾਂ CLB 7 ਅਚੀਵ ਕਰਨਾ ਕੋਈ ਵੱਡੀ ਗੱਲ ਨਹੀਂ ਹੈ। ਸੋ ਪੈਨਿਕ ਹੋਣ ਦੀ ਸਟੂਡੈਂਟਸ ਨੂੰ ਕੋਈ ਲੋੜ ਨਹੀਂ ਹੈ। ਤੁਸੀਂ ਆਪਣੀ ਸਟੱਡੀ ਕੰਪਲੀਟ ਕਰੋ, ਉਸ ਤੋਂ ਬਾਅਦ ਤੁਸੀਂ IELTS ਦਾ ਐਗਜ਼ਾਮ ਦੇ ਕੇ ਆਪਣਾ PGDWP ਹਾਸਲ ਕਰ ਸਕਦੇ। ਸੈਕਿੰਡ ਮੇਜਰ ਚੇਂਜ ਕੀਤਾ ਗਿਆ ਕੈਪਿੰਗ ਸਿਸਟਮ ਨੂੰ ਲੈ ਕੇ। ਹੁਣ 2025 ਦੇ ਵਿੱਚ 2024 ਤੋਂ ਵੀ ਘੱਟ ਸਟੂਡੈਂਟ ਪਰਮਿਟ ਇਸ਼ੂ ਹੋਣਗੇ। 2025 ਦਾ ਸਟੂਡੈਂਟ ਪਰਮਿਟ ਦਾ ਟਾਰਗੇਟ ਹੈ 4,37,000। ਹੁਣ ਇਸ ਦੇ ਵਿੱਚ ਵੀ ਇੱਕ ਐਡੀਸ਼ਨ ਕੀਤੀ ਗਈ ਹੈ, ਜੋ 4,37,000 ਫਿਗਰ ਹੈ, 12% ਦੀ ਰਿਜ਼ਰਵੇਸ਼ਨ ਕੀਤੀ ਗਈ ਹੈ ਮਾਸਟਰਸ ਐਂਡ PhD ਸਟੂਡੈਂਟਸ ਵਾਸਤੇ। ਅਰਲੀਅਰ ਕੀ ਰੂਲ ਸੀਗਾ ਕਿ ਮਾਸਟਰਸ ਐਂਡ PhD ਸਟੂਡੈਂਟਸ ਨੂੰ ਪੈਨ ਲੈਟਰ ਲੈਣ ਦੀ ਲੋੜ ਨਹੀਂ ਪੈਂਦੀ ਸੀ, ਬਟ 2025 ਦੇ ਵਿੱਚ ਉਹਨਾਂ ਐਪਲੀਕੈਂਟਸ ਨੂੰ ਵੀ ਇੱਕ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਲੈਣੀ ਪਏਗੀ ਜਿਹੜੀ ਵੀ ਪ੍ਰੋਵਿੰਸ ਤੋਂ ਸਟੱਡੀ ਕਰਨਾ ਚਾਹੁੰਦੇ। ਇਸ ਦਾ ਖਾਸ ਇੰਪੈਕਟ ਪਏਗਾ ਉਹਨਾਂ ਸਟੂਡੈਂਟਸ 'ਤੇ ਜੋ ਕਿ +2 ਤੋਂ ਬਾਅਦ ਕੈਨੇਡਾ ਪੜ੍ਹਨ ਜਾਂਦੇ ਸੀ। ਸੋ ਜੇ ਤੁਸੀਂ ਵੀ ਕੈਨੇਡਾ ਪੜ੍ਹਨ ਜਾਣਾ ਚਾਹੁੰਦੇ ਹੋ, ਇਟਸ ਦੀ ਰਾਈਟ ਟਾਈਮ ਟੂ ਟੇਕ ਐਕਸ਼ਨ। ਇਹੋ ਜਿਹੀਆਂ ਹੋਰ ਇਮੀਗ੍ਰੇਸ਼ਨ ਰਿਲੇਟਡ ਅਪਡੇਟਸ ਦੇ ਲਈ ਤੁਸੀਂ ਬਣੇ ਰਹੋ ਸਾਡੇ ਸੋਸ਼ਲ ਮੀਡੀਆ ਪਲੈਟਫਾਰਮਸ ਦੇ ਨਾਲ, ਜਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ ਗਲੋਬਲ ਦੀ ਕਿਸੇ ਵੀ ਨਜ਼ਦੀਕੀ ਬ੍ਰਾਂਚ ਦੇ ਵਿੱਚ ਇਹ ਜਾਣਨ ਲਈ ਕਿ ਨਿਊ ਰੂਲਸ ਐਂਡ ਰੈਗੂਲੇਸ਼ਨਸ ਦਾ ਤੁਹਾਡੇ ਸਟੂਡੈਂਟ ਵੀਜ਼ਾ 'ਤੇ ਕੀ ਇੰਪੈਕਟ ਪਏਗਾ। ਧੰਨਵਾਦ।